ਕੇ 34,000 ਰੁਪਇਆ ਮਹੀਨਾ ਸਰਕਾਰ ਕੋਲੋਂ ਨੌਕਰੀ ਕਰਨ ਦੀ ਤਨਖਾਹ ਲੈਂਦੇ ਰਹੇ, ਪਰ ਅੱਜ ਜਦੋਂ ਰਿਟਾਇਰਮੈਂਟ ਹੋਈ ਤਾਂ ਬਿਲਕੁਲ ਹੀ ਜ਼ੀਰੋ ਹੋ ਗਏ। ਅੱਜ ਤੋਂ ਬਾਅਦ ਨਾ ਤਾਂ ਇਹਨਾਂ ਨੂੰ ਪੈਨਸ਼ਨ ਮਿਲਣੀ ਹੈ, ਨਾ ਹੀ ਕੋਈ ਤਨਖਾਹ ਮਿਲਣੀ ਹੈ, ਅਤੇ ਨਾ ਹੀ ਕੋਈ ਪ੍ਰੋਵੀਡੈਂਟ ਫੰਡ ਜਾਂ GP ਫੰਡ 'ਚੋਂ ਪੈਸਾ ਮਿਲਿਆ। ਤ੍ਰਾਸਦੀ ਹੈ ਇਹਨਾਂ ਮੁਲਾਜ਼ਮਾਂ ਦੀ ਜਿਹੜੇ ਇੰਨੇ ਸਾਲ ਆਪਣੇ ਜੀਵਨ ਦੇ ਸਰਕਾਰ ਨੂੰ ਦਿੰਦੇ ਹਨ ਅਤੇ ਸਰਕਾਰ ਉਹਨਾਂ ਨੂੰ ਇਹ ਫੁੱਲਾਂ ਦੇ ਹਾਰ ਪਾ ਕੇ ਘਰ ਖਾਲੀ ਹੱਥ ਵਾਪਸ ਭੇਜ ਦਿੰਦੀ। ਸਾਡੀ ਉਮਰ ਕਿੰਨਾ ਮਾੜਾ ਨਹੀਂ ਕੀਤਾ, ਮਾੜਾ ਨਹੀਂ ਕੀਤਾ, ਪਰ ਸਰਕਾਰ ਨੇ ਸਾਡਾ ਧੋਖਾ ਕੀਤਾ ਸਾਡੇ ਨਾਲ। ਕੱਲ੍ਹ ਕੁਛ ਦਿੱਤਾ ਸਰਕਾਰ ਨੇ, ਕੱਲ੍ਹ ਵੀ ਕੀ ਦਿੱਤਾ ਸਾਨੂੰ ਸਰਕਾਰ ਨੇ, ਪਰ ਸਾਨੂੰ ਦਿੱਤਾ ਕੱਖ ਨਹੀਂ। ਕੀ ਘਰ ਜਾ ਕੇ ਕੀ ਦੱਸਾਂਗੇ ਅਸੀਂ ਕਿਸੇ ਨੂੰ, ਸਾਨੂੰ ਕੀ ਕੀਤਾ, ਅਥਰੂ ਆ ਗਏ ਨੇ। ਆਹ ਮੇਰਾ ਪੋਤਰਾ, ਆਹ ਮੇਰੀ ਪੋਤਰੀ ਆ, ਇੱਦਾਂ ਅਸੀਂ ਦੱਸੋ ਕੀ ਲੈ ਕੇ ਜਾਵਾਂਗੇ ਇੱਥੋਂ ਅਸੀਂ ਸਰਕਾਰ ਤੋਂ। ਅਕਸਰ ਹੀ ਤੁਸੀਂ ਸਰਕਾਰੀ ਮੁਲਾਜ਼ਮਾਂ ਦੀਆਂ ਜਾਂ ਫਿਰ ਅਫਸਰਾਂ ਦੀਆਂ ਰਿਟਾਇਰਮੈਂਟਾਂ 'ਤੇ ਵਿਦਾਇਗੀ ਪਾਰਟੀਆਂ ਦੇਖੀਆਂ ਹੋਣਗੀਆਂ। ਅੱਜ ਵੀ ਤੁਹਾਨੂੰ ਇੱਕ ਐਸੇ ਹੀ ਹੋਮਗਾਰਡ ਦੇ ਜਵਾਨ ਦੀ ਵਿਦਾਇਗੀ ਪਾਰਟੀ ਦਿਖਾਉਣ ਜਾ ਰਿਹਾ। ਬਟਾਲਾ ਦੇ ਟ੍ਰੈਫਿਕ ਦਫ਼ਤਰ ਵਿਖੇ ਇਸ ਹੋਮਗਾਰਡ ਸਰਦਾਰ ਅਵਤਾਰ ਸਿੰਘ ਦੀ ਅੱਜ ਰਿਟਾਇਰਮੈਂਟ ਹੋਈ ਹੈ ਅਤੇ ਉਸਨੂੰ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ। ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਇਸ ਖਬਰ ਦੇ ਵਿੱਚ ਐਸੀ ਕਿਹੜੀ ਖਬਰ ਹੈ ਕਿ ਜਿਹੜੀ ਅਸੀਂ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ। ਪਰ ਜਿੱਥੇ ਰਿਟਾਇਰਮੈਂਟ 'ਤੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ, ਉੱਥੇ ਹੀ ਜੇ ਗੱਲ ਕੀਤੀ ਜਾਵੇ ਅਵਤਾਰ ਸਿੰਘ ਦੀ, ਤਾਂ ਅਵਤਾਰ ਸਿੰਘ ਦੀਆਂ ਅੱਖਾਂ ਤੁਸੀਂ ਦੇਖ ਸਕਦੇ ਹੋ ਕਿ 34 ਸਾਲ ਦੀ ਨੌਕਰੀ ਤੋਂ ਬਾਅਦ ਵੀ ਅੱਜ ਵਿਦਾਇਗੀ 'ਤੇ ਪਾਰਟੀ 'ਤੇ ਭਰੀਆਂ ਨਜ਼ਰ ਆ ਰਹੀਆਂ ਨੇ। ਭਰੀਆਂ ਇਸ ਕਰਕੇ ਨੇ ਕਿ 34,000 ਰੁਪਇਆ ਮਹੀਨਾ ਸਰਕਾਰ ਕੋਲੋਂ ਨੌਕਰੀ ਕਰਨ ਦੀ ਤਨਖਾਹ ਲੈਂਦੇ ਰਹੇ, ਪਰ ਅੱਜ ਜਦੋਂ ਰਿਟਾਇਰਮੈਂਟ ਹੋਈ ਤਾਂ ਬਿਲਕੁਲ ਹੀ ਜ਼ੀਰੋ ਹੋ ਗਏ। ਅੱਜ ਤੋਂ ਬਾਅਦ ਨਾ ਤਾਂ ਇਹਨਾਂ ਨੂੰ ਪੈਨਸ਼ਨ ਮਿਲਣੀ ਹੈ, ਨਾ ਹੀ ਕੋਈ ਤਨਖਾਹ ਮਿਲਣੀ ਹੈ, ਅਤੇ ਨਾ ਹੀ ਕੋਈ ਪ੍ਰੋਵੀਡੈਂਟ ਫੰਡ ਜਾਂ GP ਫੰਡ 'ਚੋਂ ਪੈਸਾ ਮਿਲਿਆ। ਸੋਚ ਉਹਨਾਂ ਦੇ ਦਿਮਾਗ 'ਚ ਇਹ ਚੱਲ ਰਹੀ ਹੈ ਕਿ ਅੱਜ ਤੋਂ ਬਾਅਦ ਪਰਿਵਾਰ ਨੂੰ ਕਿਵੇਂ ਪਾਲਿਆ ਜਾਵੇਗਾ। ਤ੍ਰਾਸਦੀ ਹੈ ਇਹਨਾਂ ਮੁਲਾਜ਼ਮਾਂ ਦੀ ਜਿਹੜੇ ਇੰਨੇ ਸਾਲ ਆਪਣੇ ਜੀਵਨ ਦੇ ਸਰਕਾਰ ਨੂੰ ਦਿੰਦੇ ਹਨ ਅਤੇ ਸਰਕਾਰ ਉਹਨਾਂ ਨੂੰ ਇਹ ਫੁੱਲਾਂ ਦੇ ਹਾਰ ਪਾ ਕੇ ਘਰ ਖਾਲੀ ਹੱਥ ਵਾਪਸ ਭੇਜ ਦਿੰਦੀ ਹੈ। ਜੇ ਅਸੀਂ ਆਪਣੇ 'ਤੇ ਅੰਦਾਜ਼ਾ ਲਗਾ ਕੇ ਚੱਲੀਏ ਤਾਂ ਕੀ ਹਾਲਾਤ ਸਾਡੇ ਹੋਣਗੇ ਜਦੋਂ ਸਰਕਾਰ ਵੱਲੋਂ ਕੁਛ ਵੀ ਨਹੀਂ ਮਿਲਣਾ ਰਿਟਾਇਰਮੈਂਟ ਤੋਂ ਬਾਅਦ, ਤਾਂ ਸਾਡੇ ਹਾਲਾਤ ਕੀ ਹੋਣਗੇ। ਅੱਜ ਉਹ ਹੀ ਅੱਖਾਂ ਦੇ ਅਥਰੂ ਅਵਤਾਰ ਸਿੰਘ ਦੇ ਬਿਆਨ ਕਰ ਰਹੇ ਨੇ ਕਿ ਰਿਟਾਇਰ ਤਾਂ ਹੋ ਗਏ ਪਰ ਅੱਗੋਂ ਪਰਿਵਾਰ ਕਿਵੇਂ ਚੱਲੇਗਾ, ਕਿਉਂਕਿ ਪਰਿਵਾਰ ਦੇ ਵੱਲੋਂ ਦੇ ਲਈ ਸਰਕਾਰ ਨੇ ਕੁਝ ਵੀ ਨਹੀਂ ਸੋਚਿਆ। ਜੇ ਗੱਲ ਕੀਤੀ ਜਾਵੇ ਤਾਂ ਇੱਥੇ ਜ਼ਰੂਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀ ਵਿਦਾਇਗੀ ਪਾਰਟੀ ਕਰ ਰਹੇ ਨੇ, ਉਹਨਾਂ ਦੀ ਖੁਸ਼ੀ ਮਨਾ ਰਹੇ ਨੇ ਕਿ ਰਿਟਾਇਰਮੈਂਟ ਹੋਈ ਹੈ, ਪਰ ਅਵਤਾਰ ਸਿੰਘ ਦੀਆਂ ਅੱਖਾਂ ਭਰੀਆਂ ਹਨ। ਪਰਿਵਾਰ ਵੀ ਉਹਨਾਂ ਦਾ ਇੱਥੇ ਹੈ, ਬੇਟਾ ਵੀ ਉਹਨਾਂ ਦਾ ਇੱਥੇ ਹੈ। ਗੱਲਬਾਤ ਅਵਤਾਰ ਸਿੰਘ ਨਾਲ ਜ਼ਰੂਰ ਕਰਦੇ ਹਾਂ। ਅਵਤਾਰ ਸਿੰਘ ਜੀ, 34 ਸਾਲ ਜ਼ਿੰਦਗੀ ਦੇ ਦਿੱਤੇ ਪਰ ਅੱਜ ਅੱਖਾਂ ਤੁਹਾਡੀਆਂ ਭਰੀਆਂ ਨੇ, ਕਾਰਨ ਕੀ ਹੈ ਇਹਦੇ ਪਿੱਛੇ? ਗੱਲ ਕੋਈ ਨਹੀਂ ਜੀ, ਮੈਂ ਸਾਡੀ ਉਮਰ ਕਿੰਨਾ ਮਾੜਾ ਨਹੀਂ ਕੀਤਾ, ਮਾੜਾ ਨਹੀਂ ਕੀਤਾ, ਪਰ ਸਰਕਾਰ ਨੇ ਸਾਡਾ ਧੋਖਾ ਕੀਤਾ ਸਾਡੇ ਨਾਲ। ਸਾਨੂੰ ਕੁਛ ਦਿੱਤਾ ਸਰਕਾਰ ਨੇ, ਸਾਨੂੰ ਕੀ ਦਿੱਤਾ ਸਾਨੂੰ ਸਰਕਾਰ ਨੇ? ਸਾਰੀ ਉਮਰ ਅਸੀਂ ਜੁੱਤੀਆਂ ਖਾਂਦੇ ਰਹੇ, ਜੁੱਤੀਆਂ ਖਾਣਾ ਕੰਮ ਹੀ ਕਰਦੇ ਰਹੇ ਅਸੀਂ। ਹਾਂਜੀ, ਅਤੇ ਚਲੋ ਸਾਡੇ ਮੁਲਾਜ਼ਮ ਭਰਾ ਨੇ, ਸਾਡੇ ਸਾਡੀ ਮਦਦ ਕਰਨ ਵਾਲੇ ਆ, ਅੱਗੇ ਪਿੱਛੋਂ ਵੀ ਸਾਡੇ ਅਫਸਰ ਬੜੇ ਮਿਹਰਬਾਨ ਨੇ, ਸਾਡੇ ਇੰਸਪੈਕਟਰ ਸਾਹਿਬ ਬਹੁਤ ਗਰੇਵਾਲ ਸਾਹਿਬ ਵਧੀਆ ਬੰਦੇ ਨੇ, ਪਰ ਸਾਨੂੰ ਦਿੱਤਾ ਕੱਖ ਨਹੀਂ।
ਕੀ ਘਰ ਜਾ ਕੇ ਕੀ ਦੱਸਾਂਗੇ ਅਸੀਂ ਕਿਸੇ ਨੂੰ ਸਾਨੂੰ ਕੀ ਕੀਤਾ। ਕਰਤਾਰ ਸਿੰਘ ਜੀ ਜਦੋਂ ਕੋਈ ਰਿਟਾਇਰਡ ਹੁੰਦਾ ਨਾ ਨੌਕਰੀ ਤੋਂ ਤਾਂ ਪਰਿਵਾਰ ਵੀ ਖੁਸ਼ੀ ਮਨਾਉਂਦਾ ਅਤੇ ਉਹਦਾ ਵਿਭਾਗ ਵੀ ਖੁਸ਼ੀ ਮਨਾਉਂਦਾ, ਉਹਨੂੰ ਆਪ ਨੂੰ ਵੀ ਖੁਸ਼ੀ ਹੁੰਦੀ ਆ ਕਿ ਰਿਟਾਇਰਮੈਂਟ ਹੋ ਗਈ, ਪੈਨਸ਼ਨ ਮਿਲੂਗੀ, ਜੀ ਪੀ ਫੰਡ ਮਿਲੂਗਾ ਅਤੇ ਮੈਂ ਪਰਿਵਾਰ ਲਈ ਖਰਚਾਂਗਾ। ਪਰ ਤੁਹਾਡੀਆਂ ਅੱਖਾਂ 'ਚ ਅੱਜ ਅਥਰੂ ਆ ਗਏ ਨੇ, ਆ ਮੇਰਾ ਪੋਤਰਾ, ਆ ਮੇਰੀ ਪੋਤਰੀ ਆ, ਇੱਦਾਂ ਅਤੇ ਅਸੀਂ ਦੱਸੋ ਕੀ ਲੈ ਕੇ ਜਾਵਾਂਗੇ ਇੱਥੋਂ ਅਸੀਂ ਸਤਿਕਾਰ ਕੋ। ਅਥਰੂ ਕਿਉਂ ਆ, ਮੈਨੂੰ ਇਹ ਦੱਸੋ ਕੀ ਸੋਚ ਚੱਲ ਰਹੀ ਆ? ਸੋਚ ਸਾਨੂੰ ਕੀ ਮਿਲਿਆ ਕੱਖ ਨਹੀਂ, ਸਰਦਾਰ ਜੀ ਇਹ ਕੀ ਲੈ ਕੇ ਜਾਣੇ ਘਰ ਨੂੰ, ਇਹ ਘਰ ਕੀ ਲੈ ਕੇ ਜਾਣੇ ਘਰਾਂ ਕੋ, ਉਹ ਘਰਾਂ ਕੋ ਗੋਲੀ ਗਰਮੀ ਘਰਾਂ ਹੀ ਛੱਤਰੇ ਹੀ ਖਾਣੇ ਆਏ। ਅੱਗੇ ਕੀ ਸੋਚਿਆ ਫਿਰ ਹੁਣ ਤੇ ਰਿਟਾਇਰਮੈਂਟ ਹੋ ਗਈ, ਅੱਗੇ ਕਿੱਦਾਂ ਜੀਵਨ ਚੱਲੂ? ਚਲੋ ਮਾਲਕ ਗੁਰੂ ਰਾਮਦਾਸ ਕਰੂਗਾ ਜੋ ਕਰੂਗਾ ਸਾਡੇ 'ਤੇ ਕਿਰਪਾ, ਉਹ ਗੁਰੂ ਅਮਰਦਾਸ ਜਾਣਦੇ। ਪਰ ਬੜਾ ਮੈਂ ਵੇਖ ਕੇ ਹੈਰਾਨ ਰਹਿ ਗਿਆ, ਜਿੰਨੀਆਂ ਜਿੰਨਾ ਮੇਰਾ ਕੀਤਾ ਸਤਿਕਾਰ ਇਹਨਾਂ ਨੇ, ਪੱਤਰਕਾਰਾਂ ਨੇ ਦੂਜਿਆਂ ਤਲੇ ਬੜਾ ਮੇਰਾ ਮਾਣ, ਮੇਰੇ ਫੜ ਸਾਹਿਬ ਨੇ ਮੇਰਾ ਬੜਾ ਇੱਜ਼ਤ ਮਾਨ ਕੀਤਾ ਮੇਰਾ, ਮੈਂ ਉਹ ਮੈਂ ਪਰ ਇਸ ਇੱਜ਼ਤ ਮਾਨ ਨਾਲ ਗਾਂ ਢਿੱਡ ਭਰ ਜੂਗਾ? ਨਹੀਂ ਜੀ ਨਹੀਂ, ਅਤੇ ਨਹੀਂ ਭਰਨਾ, ਚਲੋ ਪਰਿਵਾਰ ਭਰ ਜੂਗਾ? ਨਹੀਂ ਜੀ ਨਹੀਂ, ਢਿੱਡ ਕਿਤੇ ਭਰਨਾ, ਅਤੇ ਬੜਾ ਮਾਨ ਪ੍ਰਧਾਨ ਸਾਹਿਬ ਨੇ ਸਰਦਾਰ ਜੀ, ਅਤੇ ਕੋਈ ਗੱਲ ਨਹੀਂ ਗੁਰੂ ਰਾਮਦਾਸ ਕਰੂ ਕਿਰਪਾ, ਪਰ ਨਹੀਂ ਮਾੜੀ ਗੱਲ ਆ, ਹਰ ਬੰਦੇ ਵਾਸਤੇ ਸਾਡੇ ਵਾਸਤੇ ਹਰ ਬੰਦੇ ਵਾਸਤੇ ਆ, ਪਰ 30,000 ਤਨਖਾਹ ਲੈਂਦੇ ਰਹੇ ਤੁਸੀਂ ਮਹੀਨੇ ਦੀ, ਹੁਣ ਅਗਲੇ ਮਹੀਨੇ ਤੋਂ ਕੀ ਬਣੇਗਾ? ਕੁਛ ਨਹੀਂ ਜੀ, ਕੋਈ ਬਣਨਾ ਕੀ ਆ ਜੀ, ਕੋਈ ਗੱਲ ਨਹੀਂ, ਇਹ ਦੇਖਾਂ ਪਰਿਵਾਰ ਮੇਰੇ ਬੱਚੇ ਆਏ ਨਾਲ, ਮੈਂ ਨਿਕਲੇ ਵੇਖ ਲਓ ਤੁਸੀਂ, ਹਾਂ ਵੇਖੋ ਛੋੜ ਛੋੜੇ। ਤੁਸੀਂ ਕੀ ਕਹਿਣਾ ਚਾਹੋਗੇ, ਤੁਸੀਂ ਵੀ ਨਾਲ ਆਏ ਹੋ, ਰਿਟਾਇਰਮੈਂਟ ਤਾਂ ਹੈਗੀ ਆ ਪਰ ਸੋਚ ਚੱਲ ਰਹੀ ਆ ਵੀ ਅੱਗੇ ਕਿੱਦਾਂ ਪਰਿਵਾਰ? ਪਹਿਲਾਂ ਫਿਰੋਂ ਵੇਖੋ ਹੁਣ ਟਾਈਮ ਕੱਢਣਾ ਹੀ ਪੈਣਾ, ਫਿਰ ਦਿਨ ਇੱਦਾਂ ਤਾਂ ਹੁਣ ਚੱਲ ਅੱਗੇ ਤਾਂ ਚੱਲ ਜਾਂ ਕਰ ਲਾ ਮਿਲ ਜਾਂਦਾ ਸੀ, ਤਾਂ ਹੁਣ ਨਹੀਂ, ਪਰਮਾਤਮਾ ਦਾ ਹੋਗਾ ਕੋਈ ਨਹੀਂ। ਤੁਸੀਂ ਵੀ ਭਾਅ ਜੀ ਹੋਮਗਾਰਡ 'ਚ ਨੌਕਰੀ ਕਰਦੇ ਹੋ, ਤੁਸੀਂ ਵੀ ਅੱਗੇ ਆਓ, ਹਾਂ ਤੁਸੀਂ ਕੀ ਬਿਆਨ ਕਰਨਾ ਚਾਹੁੰਦੇ ਹੋ, ਕਿੱਦਾਂ ਦੀ ਲਾਈਫ ਅਵਤਾਰ ਸਿੰਘ ਦੀ ਰਿਟਾਇਰਮੈਂਟ ਤੋਂ ਬਾਅਦ ਰਹੂਗੀ ਜਾਂ ਜਦੋਂ ਤੁਸੀਂ ਰਿਟਾਇਰ ਹੋਣਾ ਤੁਹਾਡੀ ਕੀ ਲਾਈਫ? ਸਰ ਅਵਤਾਰ ਸਿੰਘ ਬਹੁਤ ਵਧੀਆ ਇਮਾਨਦਾਰ ਬੰਦੇ, ਬਹੁਤ ਆਪਣੀ ਨੇਕ ਇਮਾਨਦਾਰੀ ਨਾਲ ਜੁੜੀ ਜਾਂਦੇ ਨੇ ਭਾਈ, ਇਹਨਾਂ ਡਿਊਟੀ ਜਿੰਨੀ ਵੀ ਕੀਤੀ SSC ਸਾਹਿਬ ਦੇ ਦਫ਼ਤਰ ਸਾਹਮਣੇ ਕੀਤੀ, ਕਦੋਂ ਵੀ ਕੋਈ ਅਫਸਰ ਆਉਂਦਾ ਸੀ ਉਸੇ ਟਾਈਮ ਗੱਡੀਆਂ, ਜੇ ਕੋਈ ਅਫਸਰ ਦਾ ਨਾਮ ਵੀ ਲੈਂਦਾ ਸੀ ਨਾ ਇਹਨੇ ਕਹਿੰਦਾ ਭਾਈ ਸਾਹਿਬ ਮੇਰੀ ਮਜਬੂਰੀ ਹੈ ਕੋਈ ਇੱਥੇ ਗੱਡੀ ਨਾ ਲਾਓ, ਅੱਜ ਤਾਂ ਤਰਾਸ਼ਦੀ ਹੋਰ ਹੋ ਗਈ ਨਾ, ਔਖਾ ਹੋ ਗਿਆ ਅਗਲਾ ਜੀ। ਤਰਾਸ ਕੀ ਹੋ ਗਈ ਸਰ, ਹੁਣ ਇਹ ਤਾਂ ਸਰਕਾਰਾਂ ਦਾ ਡਿਪੈਂਡ ਕਰਦਾ ਨਾ ਸੀ, ਦੇਖੋ ਆਪਣੀ ਇਮਾਨਦਾਰੀ ਨਾਲ ਤਨਦੇ ਨਾਲ ਡਿਊਟੀ ਨਿਭਾਉਂਦੇ ਹਾਂ, ਬਾਕੀ ਇਹ ਵਾ ਕਿ ਇਹ ਸਰਕਾਰਾਂ ਦੇ ਹੱਥ ਵਾਲੇ ਪੁਲਿਸ ਤੋਂ ਵੱਧ ਡਿਊਟੀ ਸਾਡੇ ਜਵਾਨ ਕਰਦੇ ਨੇ, ਇੱਥੇ ਸਾਡੇ 25 ਜਵਾਨ ਜਿਹੜੇ ਹੋਮਗਾਰਡ ਦੇ ਜਵਾਨ ਡਿਊਟੀ ਕਰਦੇ ਨੇ, ਸਰਕਾਰ ਨੂੰ ਘੱਟੋ ਘੱਟ ਬਹੁਤਾ ਨਹੀਂ ਹੈ 25-30 ਚਲਾਨ ਸਾਡੇ ਪੰਜਾਬ ਹੋਮਗਾਰਡ ਦੇ ਜਵਾਨ ਕਰਾਉਂਦੇ, ਜਿਹੜਾ ਘੱਟੋ ਘੱਟ ਬਹੁਤਾ ਨਹੀਂ 15,000-20,000 ਰੁਪਇਆ ਰੋਜ਼ ਦਾ ਸਰਕਾਰ ਦੇ ਖਾਤੇ ਜਾ ਰਿਹਾ। ਪਰ ਸਰਕਾਰ ਨੂੰ ਚਾਹੀਦਾ ਵਾ, ਤੁਸੀਂ ਮੀਡੀਆ ਵਾਲੇ ਵੀ ਇਹ ਬੜੇ, ਤੁਹਾਡੇ ਕੋਲ ਪੂਰੀ ਪਾਵਰ ਆ, ਤੁਸੀਂ ਸਾਡੀ ਗੱਲ ਆਵਾਜ਼ ਸਰਕਾਰ ਤੱਕ ਪਹੁੰਚਾ ਸਕਦੇ ਹੋ, ਇਹੀ ਇਹੀ ਹੱਥ ਜੋੜ ਕੇ ਬੇਨਤੀ ਕਰਾਂਗੇ ਸਰਕਾਰ ਨੂੰ, ਸ੍ਰੀ ਭਗਵੰਤ ਮਾਨ ਜੀ ਨੂੰ ਬੜੀ ਆਸਣਾ ਨੂੰ ਜਿਤਾਇਆ ਸੀ, ਵੱਧ ਤੋਂ ਵੱਧ ਵੋਟਾਂ ਪਵਾ ਕੇ ਪੂਰੀ ਪੁਲਿਸ ਡਿਪਾਰਟਮੈਂਟ ਨੂੰ, ਪੂਰੇ ਆਪਣੇ ਰਿਸ਼ਤੇਦਾਰਾਂ ਨੂੰ, ਪੂਰੇ ਜਵਾਨਾਂ ਨੂੰ ਕਿਹਾ ਕਿ ਸਰਕਾਰ ਲਿਆਉਂਦੀ ਸੀ, ਪਰ ਸਾਡਾ ਕੋਈ ਨਾ ਕੋਈ ਸਰਕਾਰ ਸੋਚੇਗੀ। ਪਰ ਅੱਜ ਸਾਡਾ ਭਰਾ ਜਾ ਰਿਹਾ, ਸਾਨੂੰ ਇਹਦੇ ਬਹੁਤ ਦੁੱਖ ਵਾ, ਖੁਸ਼ੀ ਇਸ ਗੱਲ ਦੀ, ਚਲੋ ਆਪਣੀ ਇਮਾਨਦਾਰੀ ਨਾਲ ਤਨਦੇਹੀ ਨਾਲ ਡਿਊਟੀ ਨਿਭਾਈ ਹੈ, ਦੁੱਖ ਇਸ ਚੀਜ਼ ਦਾ ਵਿਚਾਰਾ ਅੱਜ ਖਾਲੀ ਹੱਥ ਜਾ ਰਿਹਾ। ਜੀ ਬਿਲਕੁਲ, ਅੱਜ ਖਾਲੀ ਹੱਥ ਜਾ ਰਿਹਾ, DSP ਸਾਹਿਬ ਇੱਥੇ ਪਹੁੰਚੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। DSP ਸਾਹਿਬ 34 ਸਾਲ ਜੀਵਨ ਦੇ ਦਿੱਤੇ ਸਰਕਾਰ ਨੂੰ, ਸਰਕਾਰ ਦੀ ਨੌਕਰੀ ਕੀਤੀ, 34,000 ਤਨਖਾਹ ਲੈਂਦੇ ਰਹੇ, ਰਿਟਾਇਰਮੈਂਟ 'ਤੇ ਖੁਸ਼ੀ ਹੁੰਦੀ ਆ, ਪਰ ਇਹ ਤਾਂ ਖਾਲੀ ਹੋ ਗਏ, ਬਿਲਕੁਲ ਕੱਖ ਵੀ ਨਹੀਂ ਮਿਲਣਾ। ਇਹ ਜੀ ਸਰਕਾਰ ਦੇ ਫੈਸਲੇ ਨੇ, ਉਹਨਾਂ ਦੀ ਦੂਜੀ ਨੀਂਹ ਸ਼ੁਰੂ ਹੋਣ ਲੱਗੀ ਆ, ਕਿਨਿੰਗ ਤਾਂ ਬਿਲਕੁਲ ਖਾਲੀ ਆ, ਚੱਲ ਰਿਹਾ ਨਾ ਮਸਾ, ਹਾਈ ਚੱਲ ਰਿਹਾ ਆ, ਸਰਕਾਰ ਦੇਖ ਰਹੀ ਆ ਜੋ ਵੀ ਸਿਸਟਮ। ਉਹ ਤਾਂ ਵਿਚਾਰੇ ਜਿੱਥੇ ਖੁਸ਼ ਹੁੰਦੇ ਆ ਲੋਕ ਰਿਟਾਇਰਮੈਂਟ ਦੇ, ਉਹ ਰੋ ਰਹੇ ਆ, ਉਹ ਕਹਿੰਦੇ ਮੇਰਾ ਜੀਵਨ ਅਗਲਾ ਕਿੱਦਾਂ, ਵੀ ਤੂੰ ਮੈਨੂੰ ਇਹ ਸੋਚ ਚੱਲ ਰਹੀ ਨਾ, ਚੱਲ ਰਿਹਾ ਮਸਲਿਆਂ ਦਾ, ਇਹਨੂੰ ਸਾਰਾ ਪਤਾ, ਤੁਹਾਨੂੰ ਇਹਨੂੰ ਸਾਰਾ ਪਤਾ, ਚੈੱਕ ਕਰ ਰਹੇ ਸਾਰਾ ਕੁਛ।
ਅਵਤਾਰ ਸਿੰਘ ਜੀ ਅਫਸਰ ਵੀ ਪਹੁੰਚੇ ਆ ਸਾਰੇ, ਰਿਟਾਇਰਮੈਂਟ ਤੁਹਾਡੀ ਹੋਈ ਆ, ਹੁਣ ਅਗਲਾ ਚੂਰੀ ਕਰਦਾ ਰਿਹਾ, ਅੱਗੇ ਅੱਗੇ ਜੀਵਨ ਦਾ ਕੀ ਸੋਚਿਆ ਫਿਰ? ਹੁਣ ਨਹੀਂ ਸਰ, ਉਹ ਮਾਰ ਕੇ ਬਾਕੀ ਮਾਰ ਕੇ ਸਰ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਅਵਤਾਰ ਸਿੰਘ ਜੀ ਜੋ ਹੋਮਗਾਰਡ ਦੇ ਵਿੱਚ ਬਟਾਲਾ 'ਚ ਟ੍ਰੈਫਿਕ ਵਿਭਾਗ 'ਚ ਨੌਕਰੀ ਕਰਦੇ ਰਹੇ ਨੇ, ਡਿਊਟੀ ਦਿੰਦੇ ਰਹੇ ਨੇ, ਅੱਜ 34 ਸਾਲਾਂ ਬਾਅਦ 34,000 ਤਨਖਾਹ ਲੈਣ ਵਾਲੇ ਅੱਜ ਰਿਟਾਇਰਡ ਹੋ ਰਹੇ ਨੇ, ਅਤੇ ਜਿੱਥੇ ਰਿਟਾਇਰਮੈਂਟ ਦੀ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਉੱਥੇ ਹੀ ਅਵਤਾਰ ਸਿੰਘ ਦਾ ਮਨ ਭਰਿਆ ਹੋਇਆ ਹੈ, ਅੱਖਾਂ ਭਰੀਆਂ ਹੋਈਆਂ ਹਨ, ਅੱਥਰੂ ਅੱਖਾਂ 'ਚੋਂ ਝਲਕ ਰਹੇ ਨੇ, ਕਿਉਂਕਿ ਸੋਚ ਚੱਲ ਰਹੀ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਨੂੰ ਕਿਵੇਂ ਪਾਲਣਾ ਹੈ। ਅੱਜ ਰਿਟਾਇਰਮੈਂਟ ਤੋਂ ਬਾਅਦ ਬਿਲਕੁਲ ਖਾਲੀ ਹੋ ਚੁੱਕੇ ਨੇ ਅਵਤਾਰ ਸਿੰਘ, ਜੀਰੋ ਖਾਲੀ ਹੱਥ ਘਰ ਜਾ ਰਹੇ ਨੇ, ਅਤੇ ਇੱਕ ਸਰਕਾਰ ਨੂੰ ਜ਼ਰੂਰ ਬੇਨਤੀ ਕਰ ਰਹੇ ਨੇ ਕਿ ਸਾਡੇ ਵਰਗੇ ਹੋਮਗਾਰਡ ਜਵਾਨਾਂ ਦਾ ਵੀ ਸੋਚਿਆ ਜਾਵੇ, ਤਾਂ ਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੂੰ ਆਪਣਾ ਪਰਿਵਾਰ ਪਾਲਣ ਲਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕੈਮਰਾ ਪਰਸਨ ਪਰਮਿੰਦਰ ਦੇ ਨਾਲ ਭੋਪਾਲ ਸਿੰਘ, ਪੰਜਾਬ ਨਿਊਜ਼, ਬਟਾਲਾ।